ਕਰਮਵੀਰ ਸਿੰਘ ਦੀ ਪੁਸਤਕ ਨਕਸ਼ਤੀ ਕਹਾਣੀ ਹੈ ਗੁਨਾਹਗਾਰ ਮੈਂ ਬਾਉਰਾਮ ਦੇ ਘਰ ਪਹੁੰਚਿਆ ਸਾਂ ਉਹ ਮੇਰਾ ਚਪੜਾਸੀ ਹੈ ਉਹਦੀ ਬੌਠੀ ਦੀ ਮੌਤ ਹੋ ਗਈ ਸੀ ਜਵਾਨ ਮੌਤ ਮੈਨੂੰ ਆਉਂਦਾ ਵੇਖ ਕੇ ਸਾਰਾ ਟੱਬਰ ਗੁੱਸੇ 'ਚ ਆ ਗਿਆ ਸੀ ਸਾਰੇ ਮੈਨੂੰ ਘੂਰ ਰਹੇ ਸਨ ਜਿਵੇਂ ਮੈਂ ਸਾਰਿਆਂ ਦੀ ਨਫ਼ਰਤ ਦਾ ਪਾਤਰ ਹੋਵਾਂ ਮੈਂ ਵੀ ਗੁਨਾਹਗਾਰਾਂ ਵਾਂਗ ਹੀ ਨੀਵੀਂ ਪਾਈ ਆਇਆ ਸੀ ਹੌਲੀ-ਹੌਲੀ ਡਰਦਾ ਡਰਦਾ ਮੈਨੂੰ ਇਹ ਵੀ ਡਰ ਸੀ ਕਿ ਉਹ ਕਿਤੇ ਮੈਨੂੰ ਵਾਪਸ ਦਫਾ ਹੋ ਜਾਣ ਲਈ ਹੀ ਨਾ ਕਹਿ ਦੇਣ ਜਾਂ ਮੇਰੀ ਪਾਗੀ ਨਾ ਉਛਾਲ ਦੇਣ ਪਰ ਉਹ ਚੰਗੇ ਸਨ ਮੈਨੂੰ ਕੁਝ ਨਹੀਂ ਕਿਹਾ ਮੈਨੂੰ ਕਿਸੇ ਕੁਝ ਨਹੀਂ ਕਿਹਾ ਪਰ ਮੈਂ ਆਪਣੇ ਆਪ ਨੂੰ ਉਹਦੀ ਮੌਤ ਦਾ ਕਾਰਨ ਉਹਦਾ ਦੋਸ਼ੀ ਸਮਝ ਰਿਹਾ ਸਾਂ ਇੰਨੀਆਂ ਅੱਖਾਂ ਦਾ ਸਾਹਮਣਾ ਮੈਥੋਂ ਨਹੀਂ ਹੋ ਰਿਹਾ ਸੀ ਮੈਂ ਅੱਖਾਂ ਝੁਕਾਈ ਖੜਾ ਸਾਂ ਸੰਸਕਾਰ ਹੋ ਗਿਆ ਇਸ ਸਾਰੇ ਸਮੇਂ ਦੌਰਾਨ ਮੈਂ ਕਿਸੇ ਨਾਲ ਕੋਈ ਗੱਲ ਨਹੀਂ ਕਰ ਪਾਇਆ ਸਾਂ ਮੇਰਾ ਗੱਜ ਭਰਿਆ ਪਿਆ ਸੀ ਸ਼ਾਇਦ ਦੂਜੀ ਸਥਿਤੀ ਹੁੰਦੀ ਤਾਂ ਬਾਬੂ ਰਾਮ ਨੇ ਮੇਰਾ ਪੂਰਾ ਪੂਰਾ ਖਿਆਲ ਰੱਖਣਾ ਸੀ ਮੇਰੇ ਅੱਗੇ ਪਿੱਛੇ ਫੇਰਨਾ ਸੀ ਜਾਂ ਕਿਸੇ ਹੋਰ ਦੀ ਡਿਊਟੀ ਲਗਾ ਦੇਣੀ ਸੀ ਮੇਰਾ ਧਿਆਨ ਰੱਖਣ ਲਈ ਪਰ ਹੁਣ ਉਹਨੇ ਮੇਰੇ ਨਾਲ ਇੱਕ ਲਫ਼ਜ਼ ਵੀ ਸਾਂਝਾ ਨਹੀਂ ਕੀਤਾ ਸੀ ਸਭੋ ਮੇਰੇ ਤੋਂ ਦੂਰ ਦੂਰ ਹੀ ਰਿਹਾ ਪਰੇ ਪਰੇ ਰਿਹਾ ਜਿਵੇਂ ਮੈਨੂੰ ਇਗਨੋਰ ਕਰ ਰਿਹਾ ਹੋਵੇ ਘਰ ਆ ਕੇ ਵੀ ਮੇਰਾ ਧਿਆਨ ਬਾਰ-ਬਾਰ ਬਾਬੂ ਰਾਮ ਦੀ ਪਤਨੀ ਵੱਲ ਚਲਾ ਜਾਂਦਾ ਸੀ ਉਹਦਾ ਵਿਆਹ ਹੋਏ ਨੂੰ ਤਾਂ ਜੇ 2 ਮਹੀਨੇ ਨਹੀਂ ਹੋਏ ਸੀ ਉਹਨੂੰ ਇੱਕ ਵਾਰ ਸਾਡੇ ਘਰ ਵੀ ਲਿਆਇਆ ਸੀ ਮਿਲਾਉਣ ਲਈ ਮੈਨੂੰ ਰੰਗ ਰੂਪ ਅੱਖੋਂ ਉਹ ਤੋਂ ਕਿਤੇ ਵਧੇਰੇ ਚੰਗੀ ਲੱਗੀ ਸੀ ਉਹ ਸਾਵੇਂ ਨਿਰਾ ਝੁੱਡੂ ਲੱਗਦਾ ਸੀ ਕੋਈ ਮੇਲ ਹੀ ਨਹੀਂ ਸੀ ਦੋਹਾਂ ਦਾ ਮੈਂ ਆਪਣੇ ਮਨ ਨੂੰ ਕਹਿ ਰਿਹਾ ਸਾਂ ਜੋੜੀਆਂ ਜਗ ਥੋੜੀਆਂ ਨਰੜ ਬਥੇਰੀ ਬਹੁਤ ਘੱਟ ਹੀ ਪੈਸੇ ਜੋੜੇ ਹੁੰਦੇ ਹਨ ਜਿਨ੍ਹਾਂ ਨੂੰ ਦੇਖਦੇ ਸਾਰੇ ਮੂੰਹ ਆਪ ਮੁਹਾਰੇ ਨਿਕਲ ਜਾਏ ਮੀਟ ਫਾਰ ਈਚ ਅਦਰ ਬਾਬੂ ਰਾਮ ਮੇਰੇ ਦਫਤਰ ਚ ਚਪੜਾਸੀ ਸੀ ਪਰ ਮੇਰਾ ਹਰ ਕੰਮ ਉਹ ਕਰ ਦਿੰਦਾ ਸੀ ਨੰਨਾ ਉਦੇ ਮੁੰਡ ਹੈ ਹੀ ਨਹੀਂ ਸੀ ਉਹ ਪੂਰਾ ਵਫਾਦਾਰ ਪੂਰਾ ਫਰਮਾਂਬਰਦਾਰ ਸੀ ਤੇ ਮੇਰੇ ਘਰੇਲੂ ਨਿੱਕੇ ਮੋٹے ਸਾਰੇ ਕੰਮ ਉਹ ਕਰ ਦਿੰਦਾ ਸੀ ਮੇਰੀ ਬੱਚੀ ਨੂੰ ਖਡਾਉਂਦਾ ਰਹਿੰਦਾ ਉਹ ਵੀ ਉਹ ਤੋਂ ਬਿਨਾਂ ਇੱਕ ਮਿੰਟ ਨਾ ਰਹਿੰਦੀ ਉਹਨੂੰ ਗੋਲੀਆਂ ਟੌਫੀਆਂ ਲਿਆ ਦਿੰਦਾ ਮੈਂ ਆਪਣੇ ਮਕਾਨ ਦੀਆਂ ਕਲੀਆਂ ਕਾਫੀ ਚਿਰ ਤੋਂ ਨਹੀਂ ਸੀ ਕਰਵਾਈਆਂ ਬਾਉਰਾਮ ਪਾਰਟ ਟਾਈਮ ਸਫੈਦੀਆਂ ਦਾ ਕੰਮ ਵੀ ਕਰਿਆ ਕਰਦਾ ਸੀ ਉਹਨੇ ਬਿਨਾਂ ਲੇਬਰ ਦਾ ਕੋਈ ਪੈਸਾ ਲਿਆ ਮੇਰੇ ਮਕਾਨ ਦੀ ਸਾਰੀ ਸਫੈਦੀ ਤੇ ਡਿਸਟੈਂਪਰ ਕਰ ਦਿੱਤਾ ਸੀ ਆਪਣੇ ਬੰਦੇ ਲਗਾ ਕੇ ਸਾਰਾ ਸਮਾਨ ਸੰਭਾਲ ਸੰਭਾਲ ਕੇ ਬਾਹਰ ਕੱਢਿਆ ਸੀ ਫਿਰ ਉਸੇ ਤਰ੍ਹਾਂ ਪ੍ਰੇਮ ਨਾਲ ਸੈੱਟ ਵੀ ਕੀਤਾ ਸੀ ਮਜਾ ਲੈ ਕਿਸੇ ਚੀਜ਼ ਜਾਂ ਫਰਨੀਚਰ ਤੇ ਕੋਈ ਛਿਰੀ ਹਟ ਜਾਂ ਛਿੱਟ ਪੈ ਗਈ ਹੋਵੇ ਉਹ ਸਾਰਾ ਕੰਮ ਆਪਣਾ ਸਮਝ ਕੇ ਕਰਦਾ ਸੀ ਆਪਣੇ ਬੰਦਿਆਂ ਨੂੰ ਵੀ ਝਾੜਨ ਲੱਗ ਪੈਂਦਾ ਜੇ ਉਹਨਾਂ ਗੈਲੀ ਕਰਦੇ ਜਾਂ ਲਾਪਰਵਾਹੀ ਕਰਦੇ ਉਹਦੀ ਆਦਤ ਮੈਨੂੰ ਚੰਗੀ ਨਹੀਂ ਲੱਗਦੀ ਸੀ ਉਹ ਸਾਰਾ ਦਿਨ ਜ਼ਰਦੇ ਵਾਲਾ ਪਾਨ ਖਾਂਦਾ ਰਹਿੰਦਾ ਤੇ ਇੱਧਰ ਉੱਧਰ ਥੁੱਕਦਾ ਰਹਿੰਦਾ ਉਹਦੇ ਦੰਦ ਤੇ ਬੁੱਲ ਸਦੀਵੀ ਤੌਰ ਤੇ ਲਾਲ ਹੋ ਗਏ ਸਨ ਰੰਗ ਸਾਵਲਾ ਸੀ ਇਸ ਕਰਕੇ ਲਾਲੀ ਬਹੁਤੀ ਦਿਖਦੀ ਨਹੀਂ ਸੀ ਜੇ ਕਿਤੇ ਗੋਰਾ ਹੁੰਦਾ ਤਾਂ ਉਹ ਵਧੇਰੇ ਲਿਸ਼ਕਣੀ ਸੀ ਮੇਰਾ ਚੇਅਰਮੈਨ ਮੇਰੇ ਨਾਲ ਇਸ ਗੱਲੋਂ ਨਾਰਾਜ਼ ਰਹਿੰਦਾ ਸੀ ਕਿ ਮੈਂ ਆਪਣੇ ਹੇਠਲੇ ਸਟਾਫ ਨੂੰ ਬੜਾ ਸ਼ੀਲਡ ਕਰਦਾ ਹਾਂ ਉਹਨਾਂ ਦਾ ਉਹਨਾਂ ਦੀ ਬਹੁਤੀ ਸਾਈਡ ਲੈਣਾ ਉਹਨਾਂ ਦੀ ਕੋਈ ਚੁਗਲੀ ਜਾਂ ਸ਼ਿਕਾਇਤ ਉਸ ਕੋਲ ਕਿਉਂ ਨਹੀਂ ਕਰਦਾ ਨਾ ਹੀ ਕਿਸੇ ਦੀ ACR ਕਦੇ ਖਰਾਬ ਕਰਦਾ ਉਹਦਾ ਕਹਿਣਾ ਸੀ ਸਾਰਾ ਅਮਲਾ ਵੀ ਕਦੇ ਚੰਗਾ ਮਿਹਨਤੀ ਤੇ ਇਮਾਨਦਾਰ ਹੋ ਸਕਦਾ ਹੈ ਭਲਾ ਸਾਰਿਆਂ ਦੀ ਰਿਪੋਰਟ ਮੈਂ ਚੰਗੀ ਲਿਖਦਾ ਸੀ ਮੈਂ ਸਿਰਫ ਇੱਕੋ ਗੱਲ ਕਹਿੰਦਾ ਸੀ ਕਿ ਮੈਂ ਉਹਨਾਂ ਕੋਲੋਂ ਕੰਮ ਲੈਣਾ ਤੇ ਅੱਗੋਂ ਅੱਗੋਂ ਵੀ ਮੈਂ ਕੰਮ ਹੀ ਲੈਣਾ ਹੈ। ਮੈਨੂੰ ਪਤਾ ਹੈ ਉਹ ਚੰਗਾ ਹੈ ਜਾਂ ਮਾੜਾ ਤੁਸੀਂ ਜੇ ਠੀਕ ਨਹੀਂ ਸਮਝਦੇ ਤਾਂ ਮੇਰੇ ਲਿਖੇ ਨੂੰ ਕੱਟ ਦਿਓ। ਇੰਜ ਕਰਨ ਦੀ ਉਸ 'ਚ ਹਿੰਮਤ ਨਹੀਂ ਸੀ। ਉਹਨਾਂ ਦਾ ਤਾਂ ਕੋਈ ਨੁਕਸਾਨ ਹੋ ਕਰਨਾ ਪਾਉਂਦਾ। ਮੇਰੀ ਰਿਪੋਰਟ ਉਹ ਖਰਾਬ ਕਰ ਦਿੰਦਾ। ਸਾਰਾ ਨਜ਼ਲਾ ਮੇਰੇ ਤੇ ਡਿੱਗਦਾ, ਮੇਰੇ ਤੇ ਝੂਠੇ ਅਲੀਗੇਸ਼ਨ ਲਗਾਏ ਜਾਂਦੇ। ਇੱਕ ਵਾਰ ਤਾਂ ਤੰਗ ਪੈ ਕੇ ਮੈਂ ਬਿਮਾਰੀ ਦੀ ਲੰਮੀ ਛੁੱਟੀ ਲੈ ਲਈ ਕਿ ਕੁਝ ਦਿਨ ਆਰਾਮ ਕਰਾਂਗਾ। ਅਗਲੇ ਦਿਨੀ ਮੈਨੂੰ ਉਸ ਘਰੋਂ ਬੁਲਾ ਲਿਆ ਕਿ ਕੁਝ ਜ਼ਰੂਰੀ ਮਤੀਬਦ ਲੇਖੇ ਸੰਬੰਧੀ ਕਾਗਜ਼ਾਤ ਢੀਲ ਕਰਨੇ ਆ ਕਿਉਂਕਿ 31 ਮਾਰਚ ਨੇੜੇ ਹੈ ਮੈਂ ਬੜੇ ਪਰੇਮਾਨ ਨਾਲ ਜਦੋਂ ਦਫਤਰ ਹਾਜ਼ਰ ਹੋਇਆ ਤਾਂ ਮੇਰੀ ਹਾਲਤ ਬਾਉਰਾਮ ਨੇ ਦੇਖ ਲਈ ਮੇਰੀਆਂ ਅੱਖਾਂ ਦੀ ਨਮੀ ਉਸ ਤੱਕ ਲਈ ਕਿਉਂਕਿ ਉਸ ਸਮੇਂ ਮੇਰਾ ਚਿੱਤ ਰੋਣ ਨੂੰ ਕਰ ਰਿਹਾ ਸੀ ਪਰ ਇਸ ਖਿਆਲ ਨਾਲ ਮਰਦ ਹਾਂ ਰੋ ਨਾ ਸਕਿਆ ਇਹੋ ਜੀ ਹਾਲਤ ਵਿੱਚ ਬੰਦਾ ਕਿਸੇ ਆਪਣੇ ਕੋਲ ਬਹਿ ਕੇ ਰੋਣਾ ਚਾਹੁੰਦਾ ਤੇ ਉਹ ਮੈਨੂੰ ਬਿਲਕੁਲ ਆਪਣਾ ਆਪਣਾ ਲੱਗਦਾ ਹੋਰ ਬਾਕੀ ਸਟਾਫ ਦੀ ਬਨਿਸਪਤ ਹੋਰ ਵੀ 12-14 ਬੰਦੇ ਸਨ ਪਰ ਉਸ ਨਾਲ ਜਿਵੇਂ ਕੋਈ ਪਿਛਲੇ ਜਨਮ ਦੀ ਮੇਰੀ ਸਾਹਜ ਸੀ ਉਹਨੇ ਜਦੋਂ ਮੇਰੀਆਂ ਭਰੀਆਂ ਅੱਖਾਂ ਦੇਖੀਆਂ ਤਾਂ ਬੜੇ ਰੋਹ ਚ ਆ ਕੇ ਚੇਅਰਮੈਨ ਨੂੰ ਮਾਂ ਭੈਣ ਦੀਆਂ ਗਾਲਾਂ ਕੱਢਣ ਲੱਗਾ ਉਹਦੇ ਖਿਲਾਫ ਫੋਰਥ ਕਲਾਸ ਯੂਨੀਅਨ ਵੱਲੋਂ ਨਾਰੇ ਲਗਾਉਣ ਲਈ ਤਿਆਰ ਹੋ ਪਿਆ ਮੈਂ ਉਹਨੂੰ ਰੋਕਿਆ ਕਿਉਂਕਿ ਮੈਂ ਉਹਦੇ ਵਰਗ 'ਚ ਨਹੀਂ ਆਉਂਦਾ ਸੀ ਮੈਂ ਮਸਾਉ ਉਹਨੂੰ ਚੁੱਪ ਕਰਾਇਆ ਨਹੀਂ ਜਨਾਬ ਇਹਨੂੰ ਚੁੱਪ ਕਰਕੇ ਬੈਠੋਗੇ ਤਾਂ ਇਹ ਹੋਰ ਤੰਗ ਕਰਨਗੇ ਇਹ ਬੜੇ ਤੋਸਤਾ ਇਹਨੂੰ ਕਦੀ ਕੁਝ ਕਿਹਾ ਹੀ ਨਹੀਂ ਫਿਰ ਇਹ ਕਿਉਂ ਤੁਹਾਨੂੰ ਇੰਜ ਤੰਗ ਕਰਦਾ ਬਿਮਾਰੀ ਦੀ ਛੁੱਟੀ ਤਾਂ ਇਹਦਾ ਪਿਓ ਵੀ ਨਹੀਂ ਰੋਕ ਸਕਦਾ ਤੁਸੀਂ ਦਫ਼ਤਰ ਆਉਣਾ ਹੀ ਨਹੀਂ ਸੀ ਬਾਉ ਰਾਮ ਨੂੰ ਮੈਂ ਆਪਣੇ ਪੁਰਾਣੇ ਜਾਂ ਛੋਟੇ ਹੋ ਗਏ ਕੱਪੜੇ ਅਕਸਰ ਦੇ ਦਿੰਦਾ ਸੀ ਉਹ ਬੜੇ ਫਖਰ ਨਾਲ ਮਾਣ ਨਾਲ ਉਹਨਾਂ ਨੂੰ ਪਾ ਲੈਂਦਾ ਮੈਂ ਕਈ ਵਾਰੀ ਦੇਖਦਾ ਕਿ ਉਹਦੀ ਕਮੀਜ਼ ਕੱਸੀ ਫੱਟੀ ਪਈ ਹੈ ਤੇ ਮੈਂ ਜਾਣ ਕੇ ਆਪਣੀ ਕੋਈ ਕਮੀਜ਼ ਤੰਗ ਹੋ ਗਈ ਹੈ ਕਹਿ ਕੇ بیوی ਨੂੰ ਦੇ ਦਿੰਦਾ ਕਿ ਜਦੋਂ ਆਵੇ ਉਹਨੂੰ ਦੇ ਦੇਈਂ ਉਹ ਸੀਸਾ ਦਿੰਦਾ ਨਾ ਥੱਕਦਾ ਸਾਡੇ ਦਫਤਰ ਦੀ ਕਲਮਾਰੀ ਦੇ ਸ਼ੀਸ਼ੇ ਟੁੱਟੇ ਪਏ ਸਨ ਤੇ ਕੰਡਮ ਕਰਕੇ ਉਹਨੂੰ ਨੁੱਕਰ 'ਚ ਰੱਖਿਆ ਸੀ। ਉਸ ਬਾਬੂਰਾਮ ਆਪਣੀਆਂ ਚੀਜ਼ਾਂ ਰੱਖਦਾ ਹੁੰਦਾ ਸੀ। ਮਸਲਨ ਰੋਟੀ ਦਾ ਡੱਬਾ, ਥੈਲਾ, ਤਾਸ਼ ਦੀ ਡੱਬੀ, ਗਲਾਸ, ਗੁਲਸ਼ਨੰਦ ਦਾ ਟਾਈਪ ਕੋਈ ਨੋਵਲ, ਡਸਟਰ ਆਦਿ। ਇੱਕ ਦਿਨ ਉਹ ਆਇਆ ਹੀ ਨਹੀਂ ਸੀ ਤੇ ਮੈਨੂੰ ਡਸਟਰ ਦੀ ਲੋੜ ਪੈ ਗਈ। ਮੇਜ਼ ਤੇ ਸਿਆਹੀ ਡੁੱਲਣ ਕਾਰਨ ਮੈਂ ਉਹਦੀ ਅਲਮਾਰੀ ਖੋਲੀ ਤਾਂ ਉਸ 'ਚ ਕੰਡੋਮ ਦਾ ਇੱਕ ਵੱਡਾ ਪੈਕੇਟ ਪਿਆ ਸੀ। ਮੈਂ ਇੱਕਦਮ ਦੇਖ ਕੇ 당ਗ ਰਹਿ ਗਿਆ। ਭਾਵੇਂ ਉਹਨੂੰ ਹੱਥ ਲਾ ਕੇ ਕਰੰਟ ਲੱਗ ਗਿਆ ਹੋਵੇ। ਦਿਲ ਤੋਂ ਸੋਚਿਆ ਕਿ ਉਹ ਬੁਰੀ ਸੰਗਤ ਚ ਪੈ ਗਿਆ ਲੱਗਦਾ ਛੜਾ ਇਸੇ ਲਈ ਇਹ ਕੰਮ ਵੀ ਸ਼ੁਰੂ ਕਰਤਾ ਸੋ ਰੋਕਣ ਟੋਕਣ ਵਾਲਾ ਕੋਈ ਹੈ ਨਹੀਂ ਕੋਈ ਖਿਆਲ ਇੱਕਦਮ ਮੇਰੇ ਜ਼ਿਹਨ ਚ ਘੁੰਮਣ ਲੱਗੇ ਇਸ ਤੇ ਪੂਰੀ ਨਜ਼ਰ ਰੱਖਣੀ ਪਏਗੀ ਉਹਨੂੰ ਘਰ ਇਕੱਲਿਆਂ ਵੀ ਨਹੀਂ ਭੇਜਣਾ ਹੋਏਗਾ ਅਗਲੇ ਦਿਨ ਦਫਤਰ ਆਇਆ ਤਾਂ ਮੈਂ ਉਹਨੂੰ ਘੂਰਦੇ ਹੋਏ ਪਹਿਲਾ ਸਵਾਲ ਕੀਤਾ ਮੁਸਕਰਾਉਂਦੇ ਹੋਏ ਤੇ ਸ਼ਰਮਾਉਂਦੇ ਉਹਨੇ ਉੱਤਰ ਦਿੱਤਾ ਜੀ ਸਰਕਾਰ ਸਰਕਾਰ ਵੱਲੋਂ ਕੁਝ ਸਾਲ ਪਹਿਲਾਂ ਹਰੇਕ ਕਰਮਚਾਰੀ ਨੂੰ ਤਨਾ ਤਨਖਾਹ ਦੇ ਨਾਲ ਇੱਕ ਪੈਕੇਟ ਕੰਡੋਮ ਦਾ ਮੁਫਤ ਦਿੱਤਾ ਜਾਂਦਾ ਸੀ। ਉਦੋਂ ਦਾ ਹੀ ਇੱਥੇ ਪਿਆ ਕਿਉਂਕਿ ਮੇਰੇ ਤਾਂ ਕਿਸੇ ਕੰਮ ਦਾ ਨਹੀਂ ਸੀ। ਹੋਰਾਂ ਨੂੰ ਲਜਾਣ ਲਈ ਕਿਹਾ ਤਾਂ ਅੱਗੋਂ ਕਹਿੰਦੇ ਭਰੋਸੇਯੋਗ ਨਹੀਂ ਕਿਉਂਕਿ ਸਰਕਾਰੀ ਹੈ। ਤੇ ਮੈਂ ਬੜਾ ਕੱਚਾ ਜਿਹਾ ਤੇ ਛਿੱਥਾ ਜਿਹਾ ਹੋ ਗਿਆ ਸੀ। ਆਪਣੀ ਗਲਤੀ ਨੂੰ ਛੁਪਾਉਂਦੇ ਹੋਏ ਗੁੱਸੇ ਨੂੰ ਡਾਊਨ ਕਰਨ ਦੀ ਖਾਤਰ ਮੈਨੂੰ ਇੱਕ ਗਲਾਸ ਪਾਣੀ ਲਿਆਉਣ ਲਈ ਭੇਜ ਦਿੱਤਾ। ਮੈਂ ਕਦੇ ਕਿਸੇ ਦਫਤਰੀ ਗੱਲ ਕਰਕੇ ਕਿਸੇ ਵਿਅਕਤੀ ਨਾਲ ਉੱਚਾ ਨਹੀਂ ਮਾ ਹੋ ਜਾਂਦਾ ਜਦੋਂ ਬਾਉਰਾਮ ਨੂੰ ਇਸ ਗੱਲ ਦਾ ਪਤਾ ਲੱਗਦਾ ਤਾਂ ਉਸ ਕਰਮਚਾਰੀ ਨੂੰ ਕਹਿੰਦਾ ਫਿਰਦਾ ਕਿ ਸਾਬ ਤੇ ਹੀਰਾ ਨਹੀਂ ਹੀਰਾ ਜੇ ਕੁਝ ਕਹਿ ਦਿੰਦੇ ਨੇ ਤਾਂ ਦਿਲ ਚ ਬਿਲਕੁਲ ਨਹੀਂ ਰੱਖਦੇ ਹੁਣ ਜੇ ਕਿ ਜੋ ਕਿਹਾ ਅਗਲੇ ਪਲ ਭੁੱਲ ਵੀ ਜਾਂਦੇ ਨੇ ਜ਼ੁਬਾਨ ਦੇ ਥੋੜੇ ਤਿੱਖੇ ਨੇ ਪਰ ਕਲਮ ਦੇ ਬਿਲਕੁਲ ਨਹੀਂ ਜ਼ੁਬਾਨ ਦੀ ਮਾਰ ਇੰਨੀ ਮਾੜੀ ਨਹੀਂ ਹੁੰਦੀ ਜਿੰਨੀ ਕਲਮ ਦੀ ਹੁੰਦੀ ਹੈ ਉਹ ਕਰਮਚਾਰੀ ਦੀ ਨਿੰਦਿਆ ਉਹ ਹੋਰ ਸਾਥੀਆਂ ਚ ਵੀ ਕਰਦਾ ਫਿਰਦਾ ਤੇ ਮੇਰੀ ਸਾਖ ਬਣਾਉਂਦਾ ਫਿਰਦਾ ਜੋ ਮੈਨੂੰ ਕਤਈ ਚੰਗਾ ਨਾ ਲੱਗਦਾ ਤੇ ਮੈਂ ਇਸ ਆਦਤ ਕਰਕੇ ਉਹਨੂੰ ਕਈ ਵਾਰ ਛਾੜ ਵੀ ਚੁੱਕਾ ਸਾਂ ਇਸ ਸੈਕਸ਼ਨ ਦੀਆਂ ਗੱਲਾਂ ਸੈਕਸ਼ਨ ਜੀ ਰਹਿਣ ਦਿਆ ਕਰ ਬਾਹਰ ਨਾਲ ਲਜਾਇਆ ਕਰ ਕਿਉਂਕਿ ਇਹ ਸਾਡਾ ਛੋਟਾ ਜਿਹਾ ਪਰਿਵਾਰ ਹੈ ਪਰ ਉਹ ਮੇਰੇ ਖਿਲਾਫ ਇੱਕ ਲਫ਼ਜ਼ ਵੀ ਨਾ ਸੁਣ ਸਕਦਾ ਅਗਲੇ ਦੇ ਸਿਰ ਦੇ ਵਾਲਾਂ ਨੂੰ ਪੈਂਦਾ ਬਾਊ ਰਾਮ ਦਾ ਵਿਆਹ ਨਹੀਂ ਹੋ ਰਿਹਾ ਸੀ ਕਈ ਰਿਸ਼ਤੇ ਆਏ ਪਰ ਲੜਕੀ ਵਾਲੇ ਨਾ ਕਰ ਗਏ ਉਹ ਕੁਝ ਮਾਇੂਸ ਹੋ ਗਿਆ ਸੀ ਤੇ ਦਿਲ ਛੱਡੇ ਬੈਠਾ ਸੀ ਸਾਡੇ ਦਫਤਰ ਦੇ ਨਾਲ ਕਰਕੇ ਸਰਕਾਰੀ ਕੈਮੀਕਲ ਲੈਬਾਰਟਰੀ ਸੀ ਜਿਸ ਚ ਹੋਰ ਚੀਜ਼ਾਂ ਤੋਂ ਇਲਾਵਾ ਮਨਸ਼ੇਦੀਆਂ ਵਸਤਾਂ ਵਿੱਚ ਲਈ ਐਡਲਟ੍ਰੇਸ਼ਨ ਵੀ ਟੈਸਟ ਕੀਤੀ ਜਾਂਦੀ ਹੈ ਦੇਸੀ ਵਲੈਤੀ ਸ਼ਰਾਬ ਦੀਆਂ ਪੇਟੀਆਂ ਦੀਆਂ ਪੇਟੀਆਂ ਅਫੀਮ ਚਰਸ ਗਾਂਜਾ ਆਦੋਥੇ ਆਉਂਦਾ ਰਹਿੰਦਾ ਸੀ ਉਹਨੇ ਲੈਬਾਰਟਰੀ ਦਾ ਇੱਕ ਸੇਵਾਦਾਰ ਆਪਣਾ ਯਾਰ ਗੱਠ ਲਿਆ ਹੋਇਆ ਸੀ ਉੰਜ ਖਰੀਦ ਕੇ ਸ਼ਰਾਬ ਪੀਣੀ ਉਹਦੇ ਵਾਸਤੇ ਨਹੀਂ ਸੀ ਇਹ ਸ਼ਾਰਟਕਟ ਰਸਤਾ ਉਲਭ ਲਿਆ ਸੀ ਟੈਸਟ ਕਰਨ ਉਪਰੰਤ ਉਹ ਸ਼ਰਾਬ ਡਰਮਾਂ ਦੇ ਡਰਮ ਰੋੜ ਦਿੱਤੀ ਜਾਂਦੀ ਸੀ ਉਹ ਚਪੜਾਸੀ ਉਹਨੂੰ ਚੋਰੀ ਛੁਪੇ ਬੋਤਲ ਲਿਆ ਦਿੰਦਾ ਉਹ ਨਿਤ ਪੀਣ ਲੱਗ ਪਿਆ ਸੇ ਤੋਂ ਦੀ ਪਹਿਲਾਂ ਵੀ ਬਹੁਤੀ ਚੰਗੀ ਨਹੀਂ ਸੀ ਪਰ ਹੁਣ ਤਾਂ ਜਿਵੇਂ ਹੀ ਚੱਲਦਾ ਫਿਰਦਾ ਪਿੰਜਰ ਲੱਗਣ ਲੱਗ ਪਿਆ ਸੀ ਪਿੰਦਾ ਵੀ ਉਹ ਨੀਟ ਹੀ ਸੀ ਕਦੇ ਲੂਣਾ achar ਨਾਲ ਲਾ ਲਿਆ ਨਹੀਂ ਤਾਂ ਉਂਜੀ ਤੇ ਉਹਨੇ ਉਹਦੇ ਫੇਫੜਿਆਂ 'ਚ ਪਾਣੀ ਪੈਦਾ ਹੋ ਗਿਆ ਸੀ ਹਰ ਵੇਲੇ ਖੰਗੀ ਜਾਂਦਾ ਖੰਗ ਦੇ ਨਾਲ ਖੂਨ ਵੀ ਆਉਣ ਲੱਗ ਪਿਆ ਸਾਹ ਨਾਲ ਸਾਹ ਨਾਲ ਰੜਦਾ ਜੀ ਵੀ ਹਸਪਤਾਲ ਚੋਂ ਦਾ ਇਲਾਜ ਕਰਾਇਆ ਗਿਆ ਲੰਮਾ ਕੋਰਸਸ ਕੀਤਾ ਤਾਂ ਜਾ ਕੇ ਕੁਝ ਠੀਕ ਹੋਇਆ ਕਮਜ਼ੋਰ ਤੇ ਪਤਲਾ ਉਹ ਇੰਨਾ ਹੋ ਗਿਆ ਸੀ ਕਿ ਤੁਰਦਾ ਫਿਰਦਾ ਲੜਖੜਾਉਣ ਲੱਗ ਪੈਂਦਾ ਡਾਕਟਰ ਨੇ ਹਦਾਇਤ ਕੀਤੀ ਸੀ ਕਿ ਵਿਆਹ ਤੋਂ ਬਾਅਦ ਆਪਣੀ ਸੈਕਸ ਲਾਈਫ ਤੇ ਥੋੜਾ ਪਰਹੇਜ਼ ਕਰਨਾ ਪਏਗਾ ਉਸ ਅੰਦਰ ਪਤਲੇਪਣ ਕਰਕੇ ਇੰਨਾ ਕੰਪਲੈਕਸ ਆ ਗਿਆ ਸੀ ਕਿ ਉਹ ਕਿਸੇ ਤਕੜੇ ਬੰਦੇ ਨਾਲ ਗੱਲ ਕਰਨ ਲੱਗਿਆਂ ਥਥਲਾਉਣ ਲੱਗ ਪੈਂਦਾ ਉਹਨੂੰ ਹੁਣ ਇੱਕੋ ਚਿੰਤਾ ਖਾਈ ਜਾਂਦੀ ਕਿ ਉਹ ਕਿਸੇ ਤਰ੍ਹਾਂ ਤਕੜਾ ਤੇ ਮੋਟਾ ਹੋ ਜਾਏ ਤਾਂ ਕਿ ਉਹ ਵੀ ਦੂਜੇ ਤੇ ਰੋਪ ਪਾ ਸਕੇ ਉਹ ਵੀ ਦਰਸ਼ਨੀ ਦੇ ਸੀ ਉਹਨੇ ਸ਼ਰਾਬ ਵੀ ਇਸੇ ਕਾਰਨ ਸ਼ੁਰੂ ਕੀਤੀ ਸੀ ਪਰ ਉਹਨੂੰ ਉਲਟ ਪਈ ਸੀ ਉਹਦਾ ਵਿਚਾਰ ਸੀ ਮਾੜੇ ਪਤਲੇ ਬੰਦੇ ਤੇ ਅਗਲਾ ਪਹਿਲਾਂ ਹੀ ਰੋਪ ਪਾ ਲੈਂਦਾ ਭਾਵੇਂ ਕਮਜ਼ੋਰ ਬੰਦਾ ਕਿੰਨਾ ਵੀ ਦਲੇਰ ਹੌਸਲੇ ਵਾਲਾ ਤੇ ਬਹਾਦਰ ਕਿਉ ਨਾ ਹੋਵੇ ਇਹ ਕੁਦਰਤੀ ਗੱਲ ਹੈ ਕਿ ਮੋٹے ਬੰਦੇ ਦਾ ਪ੍ਰਭਾਵ ਪੈਂਦੀ ਸੱਟੇ ਸਭ ਤੇ ਪੈ ਜਾਂਦਾ ਹੈ ਉਹਦੀ ਗਲਤ ਗਲਤੇ ਵੀ ਲੋਕ ਖਾਮੀ ਪਰਦੇ ਜਾਂਦੇ ਆ ਕਿਉਂਕਿ ਡਾਡੇ ਦਾ ਸੱਤੀ ਵੀ ਹੀ 100 ਜੋ ਹੁੰਦਾ ਹੈ ਭਾਵੇਂ ਉਹ ਕਿੰਨਾ ਹੀ ਡਰਪੋਕ ਛੋਟੇ ਦਿਲ ਵਾਲਾ ਬੁਸਦਿਲ ਜਾਂ ਫੋਸੜੀ ਕਿਉਂ ਨਾ ਹੋਵੇ ਪਰ ਇੱਕ ਵਾਰੀ ਤੋਂ ਆਪਣਾ ਸਿੱਕਾ ਮਨਵਾ ਹੀ ਲੈਂਦਾ ਹੈ। ਉਹਨੂੰ ਇਹ ਵੀ ਵਿਹਿਮ ਖਾਈ ਜਾ ਰਿਆ ਸੀ ਕਿ ਵਿਆਹ ਤੋਂ ਬਾਅਦ ਜਦੋਂ ਜਨਾਨੀ ਨਾਲ ਬਾਹਰ ਨਿਕਲਿਆ ਕਰੇਗਾ ਲੋਕ ਉਸ ਕਮ ਕਮਜ਼ੋਰੀ ਲਾਲ ਵਾਲ ਵੇਖ ਕੇ ਹੱਸਿਆ ਕਰਨਗੇ, ਮਸ਼ਕਰੀਆਂ ਕਰਿਆ ਕਰਨਗੇ। ਕੋਈ ਤੱਕੜੀ ਢੀਲ ਡੋਲ ਵਾਲਾ ਬੰਦਾ ਉਹਦੀ ਵਰਟੀ ਨੂੰ ਛੇੜ ਵੀ ਸਕਦਾ ਹੈ। ਉਹਦੇ ਪਤਲੇਪਨ ਦਾ ਲਾਭ ਉਠਾ ਕੇ ਉਸ ਸਥਿਤੀ 'ਚ ਉਹਦੀ ਕੀ ਰਹਿ ਜਾਏਗੀ ਜਨਾਨੀ ਦੇ ਸਾਹਮਣੇ? ਉਸ ਲਈ ਇਹ ਨਮੋਸ਼ੀ ਤੇ ਡੁੱਬ ਮਰਨ ਵਾਲੀ ਗੱਲ ਹੋਈ ਗਈ ਉਹ ਚਾਹੁੰਦਾ ਸੀ ਕਿ ਬਸ ਕਿਸੇ ਤਰ੍ਹਾਂ ਵੀ ਉਹ ਮੋਟਾ ਹੋ ਜਾਏ ਉਹਦੇ ਇੱਕ ਵਿਚੋਲੇ ਨੇ ਉਸ ਲਈ ਇੱਕ ਰਿਸ਼ਤਾ ਲਾਭ ਹੀ ਦਿੱਤਾ ਤੇ ਉਹਦਾ ਵਿਆਹ ਵੀ ਜਲਦੀ ਹੋ ਗਿਆ ਕੁੜੀ 10ਵੀਂ ਪਾਸ ਮਿਲ ਗਈ ਉਹ ਵਿਆਹ ਕਰਵਾ ਕੇ ਖੁਸ਼ੀ ਨਾਲ ਉੱਡਿਆ ਫਿਰਦਾ ਜਿਵੇਂ ਕੋਈ ਰੁਕਿਆ ਫੈਸਲਾ ਉਹਦੇ ਹੱਕ 'ਚ ਹੋ ਗਿਆ ਹੋਵੇ ਅੱਗੇ ਨਾਲ ਉਹਦੇ ਮੂੰਹ ਤੇ ਰੌਣਕ ਵੀ ਬਥੇਰੀ ਆ ਗਈ ਸੀ ਉਹਦੀ ਪਤਨੀ ਉਹਦਾ ਪੂਰਾ ਪੂਰਾ ਖਿਆਲ ਰੱਖਦੀ ਉਹ ਵੀ ਉਹਦੀ ਗੱਲ ਨੂੰ ਭੁੰਜੇ ਨਾ ਬਣ ਦਿੰਦਾ ਉਹ ਨੂੰ ਪੁਰਾਣੇ ਕੱਪੜੇ ਬਿਲਕੁਲ ਨਾ ਪਾਉਣ ਦਿੰਦੀ ਨਵੇਂ-ਨਵੇਂ ਕੱਪੜੇ ਪਾ ਕੇ ਉਹ ਦਫ਼ਤਰ ਆਉਂਦਾ ਉਹ ਕਈ ਬਾਬੂਆਂ ਨੂੰ ਵੀ ਮਾਤ ਪਾਉਣ ਲੱਗ ਪਿਆ ਸੀ ਉਹਦੇ ਰੰਗ ਰੂਪ 'ਚ ਵੀ ਬੜਾ ਨਿਖਾਰ ਆ ਗਿਆ ਸੀ ਮੈਨੂੰ ਇਸ ਗੱਲ ਦੀ ਬੜੀ ਤਸੱਲੀ ਸੀ ਕਿ ਬਾਬੂ ਰਾਮ ਦਾ ਘਰ ਵੱਸ ਗਿਆ ਉਹ ਹੁਣ ਇੱਧਰ-ਉੱਧਰ ਭਟਕੇਗਾ ਨਹੀਂ ਗਮ ਗਲਤ ਕਰਨ ਲਈ ਪੁਰਾਣੀਆਂ ਵਾਦੀਆਂ ਵੀ ਛੱਡ ਦੇਗਾ ਉਹਦੀ ਔਰਤ ਨੇ ਆਉਂਦੀ ਉੱਤੇ ਪੂਰਾ-ਪੂਰਾ ਕੰਟਰੋਲ ਕਰ ਲਿਆ ਸੀ ਉਹਦੀਆਂ ਢਿੱਲੀਆਂ ਲਗਾਮਾਂ ਨੂੰ ਕੱਸ ਦਿੱਤਾ ਉਸ ਸਮੇਂ ਸਿਰ ਦਫ਼ਤਰੋਂ ਘਰ ਆਉਂਦਾ ਦੋਵੇਂ ਸ਼ਾਮੀ ਸਬਜ਼ੀ ਭਾਜੀ ਲੈਣ ਬਾਜ਼ਾਰ ਜਾਂਦੇ ਹੁਣ ਸਾਡਾ ਰਾਸ਼ਨ ਪਾਉਣ ਦਾ ਕਦੇ-ਕਦੇ ਉਹਨੂੰ ਟਾਈਮ ਮਿਲਦਾ ਇੱਕ ਦਿਨ ਮੈਂ ਸਾਈਕਲ ਤੇ ਕੁਝ ਸਮਾਨ ਲੱਦੇ ਆ ਰਿਹਾ ਸੀ ਕਿ ਬਾਉਰਾਮ ਸਕੂਟਰ ਤੇ ਆਪਣੀ ਪਤਨੀ ਨੂੰ ਬਿਠਾ ਕੇ ਕੋਲੋਂ ਦੀ ਲੰਘਿਆ ਮੈਨੂੰ ਖੁਸ਼ੀ ਵੀ ਹੋਈ ਤੇ ਈਰਖਾ ਵੀ ਕਿ ਸਾਈਕਲ ਤੇ ਮੈਂ ਆ ਤੇ ਮੇਰਾ ਚਪੜਾਸੀ ਸਕੂਟਰ ਤੇ ਖੁਸ਼ੀ ਇਸ ਗੱਲ ਦੀ ਕਿ ਉਹਦਾ ਘਰ ਵੱਸ ਗਿਆ ਸੋਹਣੀ ਸੁਨਖੀ ਜਨਾਨੀ ਮਿਲ ਗਈ ਦੋਵੇਂ ਜੀ ਖੁਸ਼ ਹਨ ਅਗਲੇ ਦਿਨ ਉਹਨੂੰ ਮੈਂ ਪੁੱਛਿਆ ਕਿ ਕੱਲ ਕਿੱਧਰ ਦੀ ਸੈਰ ਹੋ ਰਹੀ ਸੀ ਕਹਿਣ ਲੱਗਾ بیوی ਨੂੰ ਫਿਲਮ ਦੇਖਣ ਗਿਆ ਸੀ ਮੈਂ ਕਿਹਾ ਕਿੱਥੇ ਸਾਈਕਲ ਤੇ ਇੱਕ ਸੀਟ ਦਾ ਫਿਰਾਂਗਾ ਵਿਚਾਰੀ ਨੂੰ ਚਲੋ ਦੋਸਤ ਕੋਲੋਂ ਸਕੂਟਰ ਫੜ ਲੈਨੇ ਆ ਹੁਣ ਵਿਚਾਰ ਹੈ ਵੀ ਦਫ਼ਤਰੋਂ ਲੋਨ ਲੈ ਕੇ ਮੋਪੜੀ ਲੈ ਲਈਏ ਬੜਾ ਸੋਖ ਹੈ ਜੀ ਆਪਣੀ ਗੱਡੀ ਦਾ ਸਾਡੇ ਮਕਾਨ 'ਚ ਇੱਕ ਕਿਰਾਏਦਾਰ ਰਹਿੰਦਾ ਸੀ ਕਿਰਾਏ ਤੋਂ ਬੜਾ ਤੰਗ ਕਰ ਰਿਹਾ ਸੀ ਪਿਛਲੇ 6 ਮਹੀਨੇ ਤੋਂ ਕਿਰਾਇਆ ਨਹੀਂ ਸੀ ਦੇ ਰਿਹਾ ਅਖੇ ਹੱਥ ਤੰਗ ਹੈ ਮੈਂ ਮਕਾਨ ਖਾਲੀ ਕਰਨ ਨੂੰ ਕਿਹਾ ਤਾਂ ਖਾਲੀ ਵੀ ਨਹੀਂ ਸੀ ਕਰਦਾ ਮੇਰਾ ਇੱਕ ਦੋਸਤ ਪੁਲਿਸ ਇਨਸਪੈਕਟਰ ਸੀ ਮੈਂ ਅਖੀਰ ਉਹਦੀ ਸਹਾਇਤਾ ਲਈ। ਉਹਨੇ ਦਬਕਾ ਮਾਰ ਕੇ ਉਹਦੀਆਂ ਦੋ ਤਿੰਨ ਚੀਜ਼ਾਂ ਮੇਰੇ ਕਬਜ਼ੇ 'ਚ ਕਰਵਾਤੀਆਂ ਕਿ ਜਦੋਂ ਕਿਰਾਇਆ ਦੇ ਦੇਗਾ ਅਮਾਨਤੀ ਚੀਜ਼ਾਂ ਵਾਪਸ ਲੈ ਲਏਗਾ। ਪਰ ਉਹ ਕਿਰਾਇਆ ਨਾ ਦੇ ਸਕੇ ਉਹ ਲਾਟਰੀਆਂ ਦਾ ਪੱਟਿਆ ਹੋਇਆ ਸੀ ਅਖੀਰ। ਹੱਥ ਜੋੜ ਕੇ ਸ਼ਰਮਿੰਦਾ ਹੋ ਕੇ ਮਕਾਨ ਖਾਲੀ ਕਰ ਗਿਆ। ਜਾਣ ਲੱਗਿਆ ਉਹਦੀ ਪਤਨੀ ਨੇ ਆਪਣੀ ਦਾਜ ਦੀਆਂ ਉਹਨਾਂ ਚੀਜ਼ਾਂ ਵੱਲ ਮੁਰਮੁਰ ਕੇ ਦੇਖਿਆ ਤੇ ਮੈਨੂੰ ਖਾ ਜਾਣ ਵਾਲੀਆਂ ਨਜ਼ਰਾਂ ਨਾਲ ਬੁਰੀ ਤਰੰਗ ਘੂਰਿਆ ਜਿਵੇਂ ਮੈਂ ਕਸਾਈ ਹੋਵਾਂ। ਉਸ ਸਮਾਨ ਚ ਇੱਕ ਸੀਲਿੰਗ ਫੈਨ ਦੋ ਕੁਰਸੀਆਂ ਤੇ ਇੱਕ ਮੇਜ਼ ਸੀ ਪਤਾ ਨਹੀਂ ਕਿਉਂ ਮੈਨੂੰ ਇਹ ਸਮਾਨ ਵੇਖ ਵੇਖ ਕੇ ਕੋਫਤ ਜੀ ਆਉਂਦੀ ਰਹਿੰਦੀ ਸੀ ਮੈਂ ਚਾਹੁੰਦਾ ਸੀ ਕਿ ਕਿਸੇ ਤਰ੍ਹਾਂ ਵੀ ਜਲਦੀ ਤੋਂ ਜਲਦੀ ਇਹਨੂੰ ਅੱਖੋਂ ਪਰੇ ਕਰ ਦੇਆ ਮੈਂ ਸੋਚਿਆ ਬਾਬੂ ਰਾਮ ਕੋਲ ਜਿਹੜੀ ਚੀਜ਼ ਨਹੀਂ ਹੋਏਗੀ ਉਹਨੂੰ ਦੇ ਦੇਵਾਂਗਾ ਉਹਨੂੰ ਕੁਰਸੀਆਂ ਤੇ ਮੇਜ਼ ਤਾਂ ਦਾਦ ਚ ਮਿਲ ਗਏ ਸੀ ਪੱਖਾ ਉਸ ਕੋਲ ਨਹੀਂ ਸੀ ਸੋ ਸੀਲਿੰਗ ਫੈਨ ਉਹਨੂੰ ਦੇ ਦਿੱਤਾ ਗਰਮੀਆਂ ਦਾ ਸਿਖਰ ਸੀ ਪੱਖੇ ਬਿਨਾ ਕਿਸੇ ਦਾ ਨਹੀਂ ਸਰਦਾ ਸੀ ਉਹ ਪੱਖਾ ਲੈ ਕੇ ਬਿਆਨਤ ਖੁਸ਼ ਹੋਇਆ ਉਨੇ ਪੱਖਾ ਆਪਣੇ ਇਕਲੌਤੇ ਕਮਰੇ ਚ ਉਸੇ ਦਿਨ ਹੀ ਲਗਵਾ ਲਿਆ ਤੇ ਸਾਨੂੰ ਮੀਆਂ ਬੀਬੀ ਨੂੰ ਬੜੀ ਮਾਨਸਿਕ ਸੰਤੁਸ਼ਟੀ ਹੋਈ ਸੀ ਪੱਖਾ ਦੇ ਕੇ ਇਹ ਭੱਲੇ ਦਾ ਕੰਮ ਕਰਕੇ ਇੱਕ ਆਤਮਕ ਖੁਸ਼ੀ ਦਾ ਅਨੁਭਵ ਹੋਇਆ ਸੀ ਮਨੋ ਸਾਡੇ ਵੱਲ ਉਹਨਾਂ ਨੂੰ ਠੰਢੀ ਵਾਹ ਦਿੱਤੀ ਗਈ ਅਗਲੇ ਦਿਨ ਹੀ ਇਹ ਹਾਦਸਾ ਵਾਪਰ ਗਿਆ ਸੀ ਰਾਤ ਨੂੰ ਉਹ ਫੁੱਲ ਸਪੀਡ ਪੱਖਾ ਚਲਾ ਕੇ ਪਏ ਸੀ ਪੱਖਾ ਉਹਦੀ ਬੀਬੀ ਦੇ ਸਿਰ ਤੇ ਆ ਡਿੱਗਾ ਸੀ ਪੱਖੇ ਦੇ ਬਲੇਡ ਬਾਉਰਾਮ ਦੀਆਂ ਬਾਹਾਂ ਤੇ ਛਾਤੀ ਤੇ ਵੱਜੇ ਸਨ ਜਿਸ ਕਾਰਨ ਉਹ ਵੀ ਸਖਤ ਜ਼ਖਮੀ ਹੋਇਆ ਸੀ ਪਰ ਬਚ ਗਿਆ ਲੇਕਿਨ ਉਹ ਤਾਂ ਪਛਾਣੀ ਨਹੀਂ ਸੀ ਜਾਂਦੀ ਉਹਦਾ ਸਿਰ ਤਾਂ ਐਵੇਂ ਸੀ ਜਿਵੇਂ ਕਿਸੇ ਨੇ ਹਦਵਾਣੇ ਨੂੰ ਬੁਰੀ ਤਰ੍ਹਾਂ ਫੇ ਦਿੱਤਾ ਹੋਵੇ ਉਹਦਾ ਚਿਹਰਾ ਬਾਦ ਵਸਿਆ ਘਰ ਪਲਾਂ 'ਚ ਉੱਜ ਪੁੱਜੜ ਗਿਆ ਸੀ ਉਹਦਾ ਸਵਰਗ ਨਰਕ ਬਣ ਗਿਆ ਸੀ ਪੱਖੇ ਕਾਰਨ ਮੈਂ ਆਪਣੀ ਥਾਂ ਸੋਚਦਾ ਕਿ ਪੱਖਾ ਨਾ ਹੀ ਦਿੱਤਾ ਹੁੰਦਾ ਤਾਂ ਇਹ ਹਾਦਸਾ ਤਾਂ ਨਾ ਵਾਪਰਦਾ ਹੁਣ ਬਾਉ ਰਾਮ ਪਹਿਲਾਂ ਵਾਲਾ ਬਾਉ ਰਾਮ ਨਹੀਂ ਰਹੇਗਾ ਉਹ ਮੇਰੇ ਨਿੱਜੀ ਕੰਮ ਵੀ ਨਹੀਂ ਕਰਿਆ ਕਰੇਗਾ ਵਿਆਹ ਤੋਂ ਬਾਅਦ ਉਹਨੇ ਪਹਿਲਾਂ ਹੀ ਇਹ ਘਟਾ ਦਿੱਤੇ ਸਾਨੂੰ ਹੁਣ ਤੇ ਬਿਲਕੁਲ ਹੀ ਨਹੀਂ ਪੁੱਛੇਗਾ ਇਹ ਵੀ ਖਦਸ਼ਾ ਸੀ ਕਿ ਉਹ ਦਫਤਰ 'ਚ ਵੀ ਮੇਰੀ ਪੁੱਛ ਪ੍ਰਤੀਤ ਨਹੀਂ ਲਏਗਾ ਮੈਨੂੰ ਸਲਾਮ ਤੱਕ ਨਹੀਂ ਕਰਿਆ ਕਰੇਗਾ ਮੈਨੂੰ ਜਾਣ ਬੁੱਝ ਕੇ ਅਣਗੌਲੇ ਆਣ ਦੇਖਿਆ ਕਰ ਛੱਡਿਆ ਕਰੇਗਾ ਪਾਣੀ ਦਾ ਗਲਾਸ ਤੱਕ ਨਹੀਂ ਪਿਲਾਏਗਾ ਨਾ ਹੀ ਘੰਟੀ ਸੁਣਿਆ ਕਰੇਗਾ ਮੇਰੇ ਕਿਸੇ ਮਹਿਮਾਨ ਲਈ ਚਾਹ ਪਾਣੀ ਤੱਕ ਨਹੀਂ ਲਿਆ ਕੇ ਦਿਆ ਕਰੇਗਾ ਸਭ ਤੋਂ ਵੱਧ ਖਤਰਾ ਇਹ ਸੀ ਕਿ ਉਹ ਜਦ ਵੀ ਮੈਨੂੰ ਦੇਖੇਗਾ ਮੇਰੇ ਚੋਂ ਨੂੰ ਇੱਕ ਕਾਤਲ ਨਜ਼ਰੀ ਆਏਗਾ ਜਿਹਦੇ ਉਹਦੇ ਨਵ ਵਿਆਹੀ ਬੀਬੀ ਮਾਰ ਸੁਟੀ ਸੀ ਗੁੱਸੇ 'ਚ ਉਹ ਮੈਨੂੰ ਕੁਝ ਵੀ ਕਰ ਸਕਦਾ ਹੈ ਬੇਇੱਜ਼ਤੀ ਵੀ ਕਰ ਸਕਦਾ ਹੈ ਕਮਰਾ ਬੰਦ ਕਰਕੇ ਗਲ ਵੀ ਘੁੱਟ ਸਕਦਾ ਹੈ ਤਾਂ ਕਿ ਕੋਈ ਸਬੂਤ ਹੀ ਨਾ ਰਹੇ ਕੋਈ ਗਵਾਹ ਤੱਕ ਨਾ ਰਹੇ ਇਹ ਵੀ ਹੋ ਸਕਦਾ ਹੈ ਕਿ ਮੇਰੇ ਘਰ ਆ ਕੇ ਮੇਰੀ بیوی ਤੇ ਬੱਚੀ ਤੇ ਅਟੈਕ ਹੀ ਕਰ ਦੇਵੇ ਹਿਸਾਬ ਬਰਾਬਰ ਕਰਨ ਲਈ ਪਹਿਲਾਂ ਵਾਂਗ ਸ਼ਰਾਬੀ ਤੇ ਨਸ਼ਈ ਹੋ ਕੇ ਤੇ ਇਹ ਵੀ ਸੰਭਵ ਹੈ ਕਿ ਉਹ ਸ਼ਾਂਤ ਚਿੱਤ ਹੋ ਕੇ ਸੋਚੇ ਕਿ ਮੇਰਾ ਕੀ ਕਸੂਰ ਹੈ ਮੈਂ ਕਿਹੜਾ ਜਾਣਬੁੱਝ ਕੇ ਮਾਰਾ ਜਾਂ ਖਰਾਬ ਪੱਖਾ ਉਹਨੂੰ ਦਿੱਤਾ ਸੀ ਮੈਂ ਕਿਹੜਾ ਉਹਦਾ ਦੁਸ਼ਮਣ ਸੀ ਤੇ ਉਹ ਫੇਰ ਤੋਂ ਪਹਿਲਾਂ ਵਾਲਾ ਬਾਉਰਾਮ ਬਣ ਜਾਏ ਮੇਰਾ ਆਪਣਾ ਬਾਉਰਾਮ ਇਹ ਸਭ ਮੇਰੀਆਂ ਕਿਆ ਸਗਾਈਆਂ ਹਨ ਵੈਸੇ ਅੰਦਰੋਂ ਮੈਂ ਬੁਰੀ ਤਰ੍ਹਾਂ ਖਿਲਿਆ ਹੋਇਆ ਮੈਂ ਗੁਨਾਹਗਾਰ ਹਾਂ ਧੰਨਵਾਦ